ਇਹ ਆਹਨਾ ਮਿਲਾਦ ਸ਼ਰੀਫ ਦਾ ਪ੍ਰੋਗਰਾਮ ਔਰ ਜਲਸਾ ਕਿੱਥੇ ਲਿਖੇ ਹੈ? ਇਹ ਸਾਰੇ ਪ੍ਰੋਗਰਾਮ ਅਤੇ ਜਲਸੇ ਉੱਥੇ ਲਿਖੇ ਨੇ ਜਿੱਥੇ ਤੁਹਾਡੇ ਲਿਖੇ ਨੇ, ਜਿਹੜੇ ਤੁਸੀਂ ਮਗਰਬ ਤੋਂ ਬਾਅਦ ਜਾਂ ਇਸ਼ਾ ਤੋਂ ਬਾਅਦ ਤੌਹੀਦ ਦੇ ਨਾਂ 'ਤੇ, ਸੀਰਤ ਦੇ ਨਾਂ 'ਤੇ, ਇਹ ਜਲਸਾ ਦਸਤਾਰੇ ਫਜ਼ੀਲਤ ਦੇ ਨਾਂ 'ਤੇ, ਤਜਵੀਦ ਦੇ ਨਾਂ 'ਤੇ, ਕੁਰਾਨ ਦੇ ਨਾਂ 'ਤੇ ਮਹਿਫਲਾਂ ਕਰਦੇ ਹੋ, ਤੁਸੀਂ ਸੀਰਤ ਉਨਬੀ ਦੇ ਨਾਂ 'ਤੇ ਕਰ ਲੈਂਦੇ ਹੋ, ਅਸੀਂ ਮਿਲਾਦ ਮੁਸਤਫਾ ਦੇ ਨਾਂ 'ਤੇ ਕਰ ਲੈਂਦੇ ਹਾਂ, ਠੀਕ ਹੈ? ਤੁਸੀਂ ਵੀ ਖਾਣਾ ਬਣਾ ਲੈਂਦੇ ਹੋ, ਅਸੀਂ ਲੰਗਰ ਆਖ ਲੈਂਦੇ ਹਾਂ, ਸਭ ਕੁਝ ਉਸੇ ਤਰ੍ਹਾਂ ਹੀ ਹੈ। ਤੁਸੀਂ ਵੀ ਮਸਜਿਦ ਸਜਾ ਲੈਂਦੇ ਹੋ, ਅਸੀਂ ਵੀ ਮਸਜਿਦ, ਅਤੇ ਜਿੰਨੀ ਤੌਫੀਕ ਹੁੰਦੀ ਹੈ ਸਰਕਾਰ ਦੇ ਜ਼ਿਕਰ ਵਾਸਤੇ ਕਰਨੇ ਹਾਂ, ਤਾਂ ਜ਼ਿੱਦ ਕੋਈ ਨਹੀਂ, ਨਾ ਜ਼ਿੱਦ ਕਰਨੀ ਚਾਹੀਦੀ ਹੈ। ਅਗਰ ਕੋਈ ਬੰਦਾ ਆਉਂਦਾ ਵਹਾਓ ਸਾਨੂੰ ਕਿੱਥੇ ਲਿਖੇ ਹੈ, ਇਹ ਉੱਥੇ ਹੀ ਲਿਖੇ ਆ ਜਿੱਥੇ ਤੁਹਾਡੀਆਂ ਸਾਰੀਆਂ ਮਹਿਫਲਾਂ ਦੇ ਪ੍ਰੋਗਰਾਮ ਲਿਖੇ ਨੇ, ਉਹ ਕਿਵੇਂ ਜਾਇਜ਼ ਨੇ? ਜਿਸ ਐਂਗਲ ਔਰ ਜ਼ਾਵੀਏ ਦੇ ਨਾਲ ਉਹ ਜਾਇਜ਼ ਨੇ, ਇਸੇ ਹੀ ਸੂਰਤ ਦੇ ਵਿੱਚ ਮੁਹੰਮਦ ਮੁਸਤਫਾ ਦੇ ਮਿਲਾਦ ਦਾ ਜਲਸਾ ਵੀ ਜਾਇਜ਼ ਹੈ। ਤੋ ਬਾਅਦ ਦੋਸਤਾਂ ਨੇ, ਅਸੀਂ ਇਹਨੂੰ ਫਰਜ਼ ਨਹੀਂ ਸਮਝ, ਅਸੀਂ ਵੀ ਫਰਜ਼ ਨਹੀਂ ਸਮਝਦੇ, ਕੀ ਸਮਝਦੇ ਹੋ? ਜਿਸ ਸੋਚ ਦੇ ਨਾਲ ਸੀਰਤ ਉਨਬੀ ਦਾ ਔਰ ਤੌਹੀਦ ਦਾ ਜਲਸਾ ਹੋ ਜਾਂਦਾ ਹੈ, ਉਸ ਹੀ ਸੋਚ ਦੇ ਨਾਲ ਮੁਹੰਮਦ ਮੁਸਤਫਾ ਦੇ ਮਿਲਾਦ ਦਾ ਜਲਸਾ ਵੀ ਹੋ ਜਾਂਦਾ ਹੈ। ਜਿਸ ਸੋਚ ਦੇ ਨਾਲ ਹਜ਼ੂਰ ਦੇ ਸੀਰਤ ਦੇ ਉੱਤੇ ਤੁਸੀਂ ਖਰਚ ਕਰ ਲੈਂਦੇ ਹੋ, ਅਤੇ ਉਹ ਖਰਚ ਕਰਨਾ ਫਜ਼ੂਲ ਖਰਚੀ ਨਹੀਂ, ਉਸ ਹੀ ਸੂਰਤ ਦੇ ਵਿੱਚ ਨਬੀ ਪਾਕ ਦੇ ਮਿਲਾਦ ਦੇ ਪ੍ਰੋਗਰਾਮ ਉੱਤੇ ਵੀ ਖਰਚ ਕਰੀਏ ਤਾਂ ਫਜ਼ੂਲ ਖਰਚੀ ਨਹੀਂ ਹੈ। ਅਤੇ ਜੇ ਕੁਰਾਨ ਦੀ ਅਜ਼ਮਤ ਵਾਸਤੇ, ਤਜਵੀਦ ਦੀ ਅਜ਼ਮਤ ਵਾਸਤੇ, ਹਦੀਸ ਦੀ ਅਜ਼ਮਤ ਵਾਸਤੇ, ਬੁਖਾਰੀ ਸ਼ਰੀਫ ਦੇ ਪ੍ਰੋਗਰਾਮ ਵਾਸਤੇ, ਦੌਰਾ ਹਦੀਸ ਵਾਸਤੇ ਜਲਸੇ ਔਰ ਪ੍ਰੋਗਰਾਮ ਕੀਤੇ ਜਾਣ, ਇਸ਼ਤਿਹਾਰ ਬਣਾਏ ਜਾਣ, ਖਰਚ ਕੀਤੇ ਜਾਣ, ਸਟੇਜ ਸਜਾਏ ਜਾਣ, ਤਾਂ ਉਹ ਫਜ਼ੂਲ ਖਰਚੀ ਨਹੀਂ ਨਾ ਹੁੰਦੀ। ਅਤੇ ਜਿਹਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੈ, ਉਹਦੀ ਆਮਦ ਦੇ ਜ਼ਿਕਰ ਦੇ ਉੱਤੇ ਜਦੋਂ ਪ੍ਰੋਗਰਾਮ ਕੀਤਾ ਜਾਏ ਤਾਂ ਉਹਦੇ ਉੱਤੇ ਵੀ ਖਰਚ ਕਰਨਾ ਫਜ਼ੂਲ ਖਰਚੀ ਨਹੀਂ ਹੁੰਦੀ। ਅਤੇ ਬਿਦਅਤ, ਨਬੀ ਕਰੀਮ ਨੇ ਫਰਮਾਇਆ ਹਰ ਬਿਦਅਤ ਗੁਮਰਾਈ ਹੈ, ਔਰ ਹਰ ਬਿਦਅਤ ਜਿਹੜੀ ਉਹ ਜਹੰਨਮ ਦੇ ਵਿੱਚ। ਵਜ਼ਾਹਤ ਖੁਦ ਨਬੀ ਪਾਕ ਨੇ ਕੀਤੀ ਹੈ ਸਹੀ ਮੁਸਲਿਮ ਹਦੀਸ ਨੰਬਰ 1017, ਮਨ ਸਨਫ ਇਲ ਇਸਲਾਮ ਸੁਨਤਨ ਹਸਨਤਨ, ਜਿਹਨੇ ਇਸਲਾਮ ਵਿੱਚ ਅੱਛਾ ਤਰੀਕਾ ਇਜਾਦ ਕੀਤਾ ਉਹਨੂੰ ਸਵਾਬ ਮਿਲੇਗਾ, ਔਰ ਜਿਹਨੇ ਬੁਰਾ ਤਰੀਕਾ ਇਜਾਦ ਕੀਤਾ ਉਹਨੂੰ ਗੁਨਾਹ ਮਿਲੇਗਾ। ਤਾਂ ਸਰਕਾਰ ਨੇ ਖੁਦ ਦੱਸ ਛੱਡਿਆ ਕਿ ਜਿਤਨੇ ਵੀ ਤਰੀਕੇ ਬਾਅਦ ਵਿੱਚ ਇਜਾਦ ਹੋਣਗੇ, ਅਗਰ ਉਹ ਇਸਲਾਮ ਨੂੰ ਖਤਮ ਕਰਨ ਵਾਸਤੇ ਹੋਣ ਤਾਂ ਫਿਰ ਉਹ ਗਲਤ ਨੇ, ਬੁਰੇ ਹੋਣ ਤਾਂ ਗਲਤ ਨੇ। ਅਗਰ ਉਹਨਾਂ ਨੂੰ ਆਪਣੇ ਕੋਲੋਂ ਤੁਸੀਂ ਫਰਜ਼ ਬਣਾ ਲਓ ਤਾਂ ਗਲਤ ਨੇ। ਅਗਰ ਉਹਦੇ ਨਾਲ ਇਸਲਾਮ ਨੂੰ ਫਾਇਦਾ ਹੋਵੇ, ਇਸਲਾਮ ਦੀ ਅਜ਼ਮਤ, ਅੱਲਾਹ ਔਰ ਅੱਲਾਹ ਦੇ ਰਸੂਲ ਦਾ ਪੈਗਾਮ ਔਰ ਸ਼ਾਨ ਬੁਲੰਦ ਹੋਵੇ, ਫਿਰ ਉਹ ਕਰਨਾ ਜਿਹੜਾ ਉਹਦੀ ਇਜਾਜ਼ਤ ਖੁਦ ਨਬੀ ਪਾਕ ਸਰਕਾਰ ਨੇ ਅਤਾ ਫਰਮਾਈਏ। ਅਗਰ ਕੋਈ ਬੰਦਾ ਆਉਂਦਾ ਇਹਦਾ ਮਤਲਬ ਨਹੀਂ, ਤਾਂ ਫਿਰ ਜਿਹੜੇ ਤੁਸੀਂ ਪ੍ਰੋਗਰਾਮ ਕਰਦੇ ਹੋ ਉਹਦਾ ਕੀ ਮਤਲਬ ਹੈ? ਇੱਕ ਬੰਦਾ ਆਉਂਦਾ ਜਿਹਦਾ ਮਤਲਬ ਹੈ ਸੁਨਤਨ ਹਸਨਤਨ, ਅੱਛੀ ਸੁਨਤ। ਮੈਂ ਕਿਹਾ ਅੱਛੀ ਸੁਨਤ ਕਿਆ, ਭੈੜੀ ਸੁਨਤ ਵੀ ਹੁੰਦੀ ਹੈ, ਸੁਨਤਾਂ ਤਾਂ ਸਾਰੀਆਂ ਚੰਗੀਆਂ ਹੁੰਦੀਆਂ ਨੇ। ਇਹ ਸੁਨਤਨ ਹਸਨਤਨ ਬਮਾਨਾ ਉਹ ਸੁਨਤ ਨਹੀਂ, ਇਹ ਸੁਨਤ ਬਮਾਨਾ ਤਰੀਕਾ ਮੁਰਾਦ ਲਿਆ ਜਾ ਰਿਹਾ। ਕੁਝ ਤਰੀਕੇ ਅੱਛੇ ਹੁੰਦੇ ਨੇ ਔਰ ਕੁਝ ਤਰੀਕੇ ਬੁਰੇ ਹੁੰਦੇ ਨੇ। ਜਿਹਨੇ ਬੁਰਾ ਤਰੀਕਾ ਇਜਾਦ ਕੀਤਾ ਉਹ ਗਲਤ ਹੈ, ਜਿਹਨੇ ਸਹੀ ਤਰੀਕਾ ਅੱਛਾ ਇਜਾਦ ਕੀਤਾ ਤਾਂ ਕਿ ਅੱਲਾਹ ਔਰ ਅੱਲਾਹ ਦੇ ਰਸੂਲ ਦੀ ਅਜ਼ਮਤ ਬੁਲੰਦ ਹੋਵੇ, ਜਿਹਨੇ ਲੋਕ ਉਸ ਕੰਮ ਦੇ ਵਿੱਚ ਸ਼ਾਮਿਲ ਹੋਣਗੇ, ਰੱਬ ਤਬਾਰਕ ਵਤਾਲਾ ਸਭ ਨੂੰ ਅਜਰ ਅਤਾ ਫਰਮਾ ਦੇਗਾ। ਉਹਦੀ ਇੱਕ ਮਿਸਾਲ ਸਹੀ ਬੁਖਾਰੀ ਸ਼ਰੀਫ ਦੇ ਅੰਦਰ ਵੀ ਹੈ ਕਿ ਜਦੋਂ ਕੁਰਾਨ ਪਾਕ ਜਮ੍ਹਾਂ ਕਰਨ ਦੀ ਵਾਰੀ ਆਈ ਨਾ, ਹਜ਼ਰਤ ਅਬੂ ਬਕਰ ਉਮਰ ਨੇ ਆਖਿਆ ਕੁਰਾਨ ਮਜੀਦ ਜਮ੍ਹਾਂ ਕਰੀਏ, ਤਾਂ ਉਦੋਂ ਵੀ ਇਹ ਗੱਲ ਹੋਈ ਸੀ, ਅਸੀਂ ਉਹ ਕੰਮ ਕਿਉਂ ਕਰੀਏ ਜਿਹੜਾ ਨਬੀ ਪਾਕ ਨੇ ਨਹੀਂ ਕੀਤਾ, ਅਸੀਂ ਕਿਉਂ ਕਰੀਏ? ਅਤੇ ਉਦੋਂ ਵੀ ਆਖਿਆ ਗਿਆ ਕੰਮ ਚੰਗਾ ਜੇ, ਭਾਵੇਂ ਸਰਕਾਰ ਨਹੀਂ ਕੀਤਾ ਤਾਂ ਕੰਮ, ਅੱਜ ਕੁਰਾਨ ਮਜੀਦ ਨੂੰ ਜਮ੍ਹਾਂ ਕਰ ਲਓ, ਕੱਲ੍ਹ ਉਮਤ ਦੇ ਕੰਮ ਆਵੇਗਾ। ਤੂੰ ਅਸੀਂ ਵੀ ਜਿਹੜਾ ਪ੍ਰੋਗਰਾਮ ਪੇ ਕਰਨੇ, ਇਹਨੂੰ ਫਰਜ਼ ਵਾਜਬ ਨਹੀਂ ਆਉਂਦੇ, ਬਿਹਤਰ ਆਉਂਦੇ ਹਾਂ ਕਿ ਜਿਤਨੇ ਲੋਕ ਆਉਣਗੇ, ਹੋ ਸਕਦਾ ਕੋਈ ਆਵੇਗਾ ਤਾਂ ਪੱਕਾ ਨਮਾਜ਼ੀ ਬਣ ਜਾਏਗਾ, ਹੋ ਸਕਦਾ ਕੋਈ ਆਵੇਗਾ ਤਾਂ ਮਾਂ ਬਾਪ ਦਾ ਤਾਬਿਆਦਾਰ ਬਣ ਜਾਏਗਾ, ਹੋ ਸਕਦਾ ਕੋਈ ਆਵੇਗਾ ਤਾਂ ਭੈਣਾਂ ਭਰਾਵਾਂ ਨਾਲ ਸੁਲਾਹ ਕਰ ਲਏਗਾ, ਹੋ ਸਕਦਾ ਕੋਈ ਆਵੇਗਾ ਤਾਂ ਬੀਵੀ ਦੇ ਹਕੂਕ ਪੂਰੇ ਕਰਨ ਲੱਗ ਪਵੇਗਾ, ਹੋ ਸਕਦਾ ਕੋਈ ਆਵੇਗਾ ਤਾਂ ਜ਼ੁਲਮ ਅਤੇ ਜ਼ਿਆਦੀ ਤੋਂ ਬਚ ਜਾਵੇਗਾ। ਜਿਸ ਤਰ੍ਹਾਂ ਉਹ ਮਿਲਾਦ ਸ਼ਰੀਫ ਵਿੱਚ ਆਉਣਗੇ, ਅੱਲਾਹ ਤਬਾਰਕ ਵਤਾਲਾ ਹੋ ਸਕਦਾ ਕਿਸੇ ਨਾ ਕਿਸੇ ਬਹਾਨੇ ਕੋਈ ਨਾ ਕੋਈ ਗੱਲ ਉਹਦੇ ਦਿਲ 'ਤੇ ਅਸਰ ਕਰ ਜਾਵੇ। ਅਤੇ ਇਹੀ ਮਿਲਾਦ ਦਾ ਮਕਸਦ, ਹਜ਼ੂਰ ਦੀ ਅਜ਼ਮਤ ਬਿਆਨ ਕਰਨਾ ਔਰ ਹਜ਼ੂਰ ਦੀ ਸੀਰਤ ਨੂੰ ਅਪਣਾਉਣ ਦਾ। ਸਾਰਿਆਂ ਨੂੰ ਅਰਜ਼ ਕਰਨਾ ਕਿ ਤੁਸੀਂ ਸਰਕਾਰ ਅਲੈਹੀ ਸਲਾਤੁ ਵਸਲਾਮ ਦੇ ਤਰੀਕਾ ਮੁਬਾਰਕ ਨੂੰ ਅਪਣਾਓ। ਦੂਸਰੀ ਬਾਤ ਕਿ ਨਬੀ ਕਰੀਮ ਅਲੈਹਿ ਸਲਾਮ ਜੀ ਪੈਦਾ 12 ਨੂੰ ਹੋਏ ਨੇ, 9 ਨੂੰ ਹੋਏ ਨੇ, ਇਹ ਤਾਰੀਖਾਂ ਦੇ ਵਿੱਚ ਕਨਫਰਮ ਤਾਰੀਖਾਂ, ਤੁਹਾਨੂੰ ਪਤਾ ਤਾਰੀਖ ਦੇ ਵਿੱਚ ਇਖਤਲਾਫਾਤ ਹੁੰਦੇ ਨੇ। ਮਸ਼ਹੂਰ ਓ ਮਾਰੂਫ 12 ਰਬੀਉਲ ਅਵਲ ਹੈ, ਅਸੀਂ ਤਾਂ ਵੇਖੋ ਅੱਜ ਹੀ ਜ਼ਿਕਰ ਪੇ ਕਰਨੇ ਆ, ਅੱਜ ਪਹਿਲੀ ਰਬੀਉਲ ਅਵਲ ਹੈ, ਅਤੇ ਅਸੀਂ ਸਾਰਾ ਸਾਲ ਕਰ ਰਹੇ ਹਾਂ। ਪਿਛਲੇ ਜੁਮਾ ਕਿਹਦਾ ਜ਼ਿਕਰ ਕੀਤਾ ਸੀ? ਸਰਕਾਰ ਦਾ ਪਿਛਲੇ ਜੁਮੇ ਕੌਣ ਸੀ ਜ਼ਿਕਰ ਕੀਤਾ? ਤੋ ਅਸੀਂ ਤਾਂ ਸਾਰੀ ਜ਼ਿੰਦਗੀ ਹਰ ਲਮ੍ਹਾ ਹਜ਼ੂਰ ਦਾ ਜ਼ਿਕਰ ਕਰਨੇ ਹਾਂ। ਬਾਕੀ ਇਹਨਾਂ ਦਿਨਾਂ ਇਸ ਤਰ੍ਹਾਂ ਮਜ਼ੀਦ ਤੇਜ਼ ਹੋ ਜਾਂਦਾ ਤਾਂ ਕਿ ਉਮਤ ਨੂੰ ਮਜ਼ੀਦ ਸਮਝੋ ਕਿ ਉਜਾਗਰ ਕੀਤਾ ਜਾਂਦਾ ਹੈ। ਤੋ ਜ਼ਿਕਰ ਤਾਂ ਅਸੀਂ 12 ਰਬੀਉਲ ਅਵਲ ਮੁਹਤਾਜ ਨਹੀਂ, ਜਦੋਂ ਵੀ ਕੋਈ ਕਰੇ, ਜਿੰਨਾ ਵੀ ਕਰੇ, ਕਈ ਲੋਕ ਜਿਹੜੇ ਨੇ ਉਹ ਪਹਿਲਾਂ ਵੀ ਕਰਦੇ ਨੇ, ਬਾਅਦ 'ਚ ਵੀ ਕਰਦੇ ਨੇ, ਐਂਡ ਤੱਕ ਬਾਅਦ 'ਚ ਵੀ ਮਹਿਫਲਾਂ ਜਾਰੀ ਉਸਾਰੀ ਰਹਿੰਦੀਆਂ, ਬਲਕਿ ਸਾਰਾ ਸਾਲ ਹਜ਼ੂਰ ਦੇ ਜ਼ਿਕਰ ਦੀਆਂ ਮਹਿਫਲਾਂ ਮੁਖਤਲਿਫ ਉਨਵਾਨ ਦੇ ਨਾਲ ਜਾਰੀ ਰਹਿੰਦੀਆਂ ਨੇ। ਤੋ 12 ਰਬੀਉਲ ਅਵਲ ਸ਼ਰੀਫ ਨੂੰ ਜ਼ਿਕਰ ਕਰੋ, ਅੱਗੇ ਪਿੱਛੇ ਵੀ ਜ਼ਿਕਰ ਕਰੋ, ਤੁਹਾਡਾ ਜਿਸ ਟਾਈਮ ਦਿਲ ਕਰਦਾ ਹਰ ਵਕਤ ਜ਼ਿਕਰ ਕਰੋ, ਪ੍ਰੋਗਰਾਮ ਕਰੋ, ਜਿੰਨੀ ਤੁਹਾਡੀ ਤੌਫੀਕ ਹੈ। ਤੁਸੀਂ ਆਪਣੀ ਸ਼ਾਨ ਸ਼ਾਨ ਕਰਨਾ, ਰੱਬ ਤੁਹਾਨੂੰ ਆਪਣੀ ਸ਼ਾਨ ਸ਼ਾਨ ਕਰਮ ਅਤਾ ਫਰਮਾ ਦੇਣਾ। ਬਾਕੀ ਆਹ ਨਾ ਰਸੂਲ ਪਾਕ ਸਰਕਾਰ ਜੀ ਇਸ ਮਹੀਨੇ ਦੁਨੀਆ ਤੋਂ ਗਏ ਨੇ, ਤੁਸੀਂ ਗਮ ਕਿਉਂ ਨਹੀਂ ਮਨਾਉਂਦੇ? ਗਮ ਸੋਗ ਮਨਾਉਣਾ ਸਾਡੇ ਵਿੱਚ ਹੈ ਹੀ ਨਹੀਂ। ਹਜ਼ੂਰ ਨੇ ਫਰਮਾਇਆ ਸਹੀ ਬੁਖਾਰੀ ਦੀ ਹਦੀਸ ਹੈ, ਬੰਦਾ ਫੌਤ ਹੋ ਜਾਏ ਤਾਂ ਸਿਰਫ 3 ਦਿਨ ਸੋਗ ਮਨਾਏ
है सी तीन दिन बाद दे विच नहीं। बाकी किसी नूं याद करके अखां विच आंसू आ जाने, कोई गल सुन के खुशी दे या गम दे कफीयत तारी हो जाने, उहदे विच कोई हर्ज नहीं। बाकी असी अजमत और शान बयान करन दे कायल हाँ, सोग मनाउण दे कायल नहीं। किसी महीने च भी सोग नहीं असी मनांदे, असी मुहर्रम दे विच भी सोग नहीं मनांदे। असी उदों भी अजमत हुसैन ते शान हुसैन बयान करने, मकामे हुसैन बयान करने आ। बाकी जी इहनूं ईद मिलाद उन नबी आंदे हो, इह कहड़ी ईद है? इस्लाम में दो ईदा ने, बिल्कुल शरी दो ईदा ने, एक छोटी ते एक वड्डी। ईद का लफ्ज़ खुशी के मौके पर बोलिया जाता। सुनन इब्ने माजा की हदीस पा के नबी करीम ने फरमाया जुम्मे का दिन ईद का दिन है। तो बंदा पूछे जुम्मे वाले दिन तुम कि ईद की नमाज सवेरे पढ़ते हो, किनिया रकातां ने? सही हदीस है, सुनन इब्ने माजा की, सरकार ने फरमाया जुम्मे का दिन ईद का दिन है। तुम उस दिन कि नमाज पढ़ते हो? ईद ब माना है खुशी, या ईद ब माना जरा लौट के आ जाए। तो हर साल जरा ईद आ जाती है, इस तरह मिलाद शरीफ का जरा दिन है वह हर साल लौट के आता है। खुशी के मौके के उत्ते लफ्ज़ ईद बोलिया जाता है। ईद मिलाद उन नबी का की मतलब है? नबी पाक की विलादत के उत्ते खुशी करना। की खुशी है कि सरकार की अजमत और शान बयान करना, जिक्र करना। बाकी खाना खवाना या लंगर लवाना, सही बुखारी के अंदर हदीस है, रसूल पाक को पूछा या रसूल बेहतर बंदा कि है? फरमाया जरा खाना खवादा और सलाम लैंदा। तो खाना खवाओ, तो जे बंद आने जी खाण पीन का बहाना है, बंदा पूछे तुम मिट्टी खाते, तुम कौन नहीं खाते? तुम अपने प्रोग्रामा देगे मिट्टी पका के लोगों को देंगे हो? सारे खाते हैं, एवें तानेबाजी एवें फिरकाबाजी तफरकाबाजी करते हैं ताकि सरकार के जिक्र तो रोकया जाए। कई बंदे आते हैं मिलाद शरीफ से, वेखो जी बंदे बड़ा ना गलत काम करते हैं, करते हैं बड़े, विआह तो भी बड़ा करते हैं, विआह बंद करा दईए। विआहों के उत्ते खुसरे भी नचते हैं, बीबिया भी लोग नचाते हैं, शराबा भी चलदिया ने, तो कभी किसी आख्या निकाह बंद करा दो? आते हैं ये गलत है, निकाह सही है। अगर कोई मिलाद शरीफ के उत्ते गलत काम करता है तो वह बंदा गलत है, वह काम गलत है, नबी पाक का जिक्र गलत नहीं। नक के उत्ते मक्खी बह जाए तो नक नहीं वड्डी दा, मक्खी नूं उड़ाई दे। अगर हजूर दे मिलाद दे विच या निकाह दे प्रोग्राम दे विच या मस्जिद दे विच आ कोई जुत्ती चुक लैंदा है तो मस्जिद तुसां बंद नहीं करानी, ना मस्जिद होवे ना जुत्ती चुकी जाए, तुसां आखना जिहड़ा जुत्ती चोर है उहनूं फड़ो, या कोई आईं दी तरतीब लाओ कि जुत्ती ना चुकी जाए, कैमरा लवा लो। गलत काम नूं रोको, नबी पाक दे जिक्र नूं तुसीं ना रोको। अगर तुसीं आंदे हो कि नहीं नहीं करना ही नहीं चाहिए, वेखो जी एक जगह दे उत्ते मिलाद शरीफ दे विच ना हूर एक बनाई सने, तो ट्राली ते या ट्रक ते भाग के उन्होंने लै के जाते हैं, तो फोटो बना के चाड़ छड़ीए, ये मिला दे। अच्छा तो निकाह दी क्यों नहीं बना के चाड़ दे? ये निकाह है, बंद कर दियो निकाह। कभी किसी आख्या? क्योंकि सारे करते हैं, जेडे सारे रल के रहन नहीं आते, जेडे सारे रल के काम करन ना पैड़े उहदे विच सारे चुप रहिंदे ने। कभी किसी आख्या मसीत जो जुत्तियां चुकिया जांदियां ने? कौन चुकिया जांदियां? मसीता बंद करा दो, बैटरियां चुकिया गई, चोर वड़ गए ने, आते नहीं चोर नूं फड़ो मसीत रहनी है। तो मिलाद शरीफ दे विच कोई होर बना के उन्हां विच बा छड़ीए, बेपरदगी की किसी बीबी ने किसी बंदे ने गलत काम किया, तो बंदा गलत है, उहदे मिलाद शरीफ का की कसूर है? आई के निकाह बंद करा दईए, उदो आते नहीं खुदा का हुक्म है, फन की हू मां तो आ वाला कुमिन निशा, निकाह करो, इस बुराई नूं बंद करो। तो निकाह की बरकत तुहानूं कितों किहदी वजह तो लभी? सरकार की वजह तो। नमाज किहदी वजह तो लभी? सरकार की वजह तो। रोजे किहदी वजह तो लभे? सरकार की वजह तो। ज़कात हज सब कुछ किसी वजह तो लब्बा? जिदे एहसान का जिक्र रब ने कुरान च किया, लकद मन अल्लाह अलल मोमिनीना, अपना मुहम्मद मुस्तफा दिता तुहाड़े ते एहसान कर छड़िया जे। जिक्र रोके फजल काटे नक्स का जो या रहे, फिर कहे मरदक के हूँ उम्मत रसूलुल्लाह की। सरकार का जिक्र आवे तो सड़ जाए। नमाज की गलत कर दे कोई नहीं, नमाज की कौन ही कर दे? किहड़ा मौलवी है जिहड़ा आंदा नमाज ना पढ़ो? कोई एक बंदा दस्से उठ के जी फलाना मौलवी आंदा नमाज ना पढ़ो? कोई जहल तो जहल मौलवी भी नहीं आंदा। मिलाद शरीफ तुहानू नमाज सिखांदा, मिलाद शरीफ तुहानू अल्लाह रसूल दे नेड़े करदा, मिलाद शरीफ तुहानू मां बाप दे नेड़े करदा, मिलाद शरीफ तुहाडे दिलां च रहम पैदा करन वास्ते वे, ताकि तुसीं इंसान बनो। आजज़ी इनकसारी असीं आंदे नहीं, हर जुम्मे ते आने। हुण एक बंदा अगर अमल नहीं करदा तो साडा की कसूर है? एक मुसलमान शराब पींदा है तो क्या अल्लाह रसूल ते इतराज़ करना है कि अल्लाह रसूल का कसूर है? मुसलमान शराब पे पींदा है, उस मुसलमान का कसूर है, अल्लाह रसूल का कसूर कोई नहीं। अगर कोई मिलाद शरीफ के उत्ते गलत काम करता है तो उसके विच नबी पाक के जिक्र का या हजूर की अजमत का कोई कसूर नहीं, उस बंदे का कसूर है। सारिया गल्लां समझदे ने पर जान बुझ के ना एक जिद है ना, जिद का कभी कायनात कोई हल नहीं है। जिद हज़रत साहब फरमाते ने साईं यारी 12 रबीउल अव्वल रोज़ा रख सकते हो? नबी करीम अलैहिस्सलाम सोमवार वाले दिन रोज़ा रखते सन। पूछे या रसूल अल्लाह सोमवार वाले दिन रोज़ा क्यों रखते हो? सही मुस्लिम की हदीस है, फरमाया इस दिन मैं पैदा होया। अपनी पैदाइश को सरकार ने याद रखे, रोज़ा रखना चाहिए, बड़ी अच्छी बात है। साढ़े को जो मिलाद शरीफ का प्रोग्राम होंगे ना, तो असं जो जुलूस लैके जाने
ते कई बंदे बीबियां छतां ते चढ़ जांदे ने ते जूस सटदे ने छापर सटदे ने चौलां दे बना के ते वह बगदड़ जी मच जाती है, वह नालियां च डिगदा है, किसी लभदा है किसी नहीं लभदा, बच्चे अगाह हो जाते हैं, कपड़े खराब होंदे ने। इस तरह नहीं करना चाहिए, बल्कि जो असीं इत्थे लद्दियाले च आए सां उदों वी आ मामला है सी। तो जदों प्रोग्राम हो रहा या तो किसी जगह पर बिठा के अच्छे तरीके नाल उन्हें खवाओ या अच्छे तरीके नाल उन्हें दियो, तो या एक बार जो प्रोग्राम खत्म हो रहे प्रोग्राम तो पहला या खाना वगैरह खवा लो जो चीज़ वंडनी है, तो या प्रोग्राम जो जुलूस खत्म हो जाए उस तो बाद उन्होंने दियो। इस तरह उत्तों सटना वो नालियाँ डिगे वो गलत बात है, बेहुरमती होंगी है, इस तरह नहीं करना चाहिए। तो औरतों को चाहिए वह परदे दे रहन, ठीक है, तो ये काम नहीं करना चाहिए कि उत्ते बीबियां चढ़ियां ने तो वो जनाब बंदियां नूं वंडदियां ने पियां जूस, तो बेपरदगी हो रही है। मिलाद शरीफ होवे या निकाह शरीफ होवे या वलीमा शरीफ होवे, बेपरदगी हर जगह पर गलत है। जे मिलाद शरीफ नूं सिर्फ टारगेट ना करया करो, बाकी चीज़ां ते भी बयान करया करो। कई बड़े